टिकटॉक फ्रेंड्स क्या हाल चाल हैं जी ये देखें जी मौला हुसैन बादशाह की न्याज है आज लंगर है उनका और ये दो लोगों ने डाला एक बच्ची पाकिस्तान से आई थी मेरे घर रही बहुत प्यारी बच्ची उसने हिस्सा डाला और एक डॉक्टर है उन्होंने हिस्सा डाला अल्लाह पाक उनकी कमाई में बरकत डाले अल्लाह पाक unki sehat tandrusti ke sath lambi lambi zindagi ho maula paitan pak ke sadke mein aur allah pak bahut sari rizq mein izafa ho ye ji hai langar hamare aaj maula hussain ka jo pack hone laga hai eh ji hega je halim theek hai na ji te ede naal hege je eh naan eh taqriban taqriban 2250 to 300 bande da package hai jada banaya hai ਤੇ ਦੋ ਵੱਡੇ ਏਡੇ ਹੀ ਇਹ ਪਤਿਲੇ ਨੇ ਬੜੇ ਔਰ ਇਹ ਹਲੀਮ ਹੈ ਬੜਾ ਹੀ ਮਜ਼ੇਦਾਰ ਚਿਕਨ ਹਲੀਮ ਨੇ ਚਿਕਨ ਦਾ ਹਲੀਮ ਹੈ ਤੇ ਦੇਖਣ ਚ ਦੇਖੋ ਜੀ ਤੇ ਮੌਲਾ ਪੰਤਨ پاک ਮੌਲਾ हुसैन ਬਾਦਸ਼ਾਹ ਦੇ ਵਿੱਚ ਬਰਕਤ ਪਾਵੇ ਤੇ ਅੱਲਾਹ ਪਾਕ ਹਰ ਸਾਲ ਇਸ ਤਰ੍ਹਾਂ ਦੀਆਂ ਨਿਆਜ਼ਾ ਦੇਣ ਦੀ ਤੋਫੀਕ ਦੇਵੇ ਤੇ ਅੱਲਾਹ ਪਾਕ ਕਮਾਈਆਂ ਦੇ ਵਿੱਚ ਬਰਕਤ ਪਾਵੇ ਮੈਨੂੰ ਮੈਂ ਮੌਲਾ हुसैन ਬਾਦਸ਼ਾਹ ਦੀ ਮੌਲਾ ਮੁਸ਼ਕਲ ਕੁਸ਼ਾ ਲਈ ਦੀ ਮੌਲਾ ਦੀ ਬਹੁਤ ਵੱਡੀ ਜਿਹੜੀ ਹੈ ਨਾ ਉਹ ਹੈਗੀ ਆ ਮਲੰਗਣੀ ਔਰ ਇਸ ਤਰ੍ਹਾਂ ਦੇ ਕੰਮ ਜਿਹੜੇ ਨੇ ਨਾ ਔਰ ਇਸ ਤਰ੍ਹਾਂ ਦੇ ਐਫਰਟ ਕਰਨੇ ਮੈਨੂੰ ਬਹੁਤ ਅੱਛੇ ਲੱਗਦੇ ਨੇ ਮੈਂ ਸੋਚਿਆ ਮੈਂ ਆਪਣੇ ਈਵਰਸ ਜਿਹੜੇ ਨੇ ਮੇਰੇ ਪਿਆਰ ਕਰਨ ਵਾਲੇ ਮੇਰੇ ਮੋਲਾ ਨੂੰ ਮੰਨਣ ਵਾਲੇ ਮੇਰੇ ਮੋਲਾ ਹੁਸੈਨ ਦੇ ਗੁਲਾਮ ਜਿਹੜੇ ਨੇ ਉਹਨਾਂ ਦੇ ਨਾਲ ਸ਼ੇਅਰ ਕਰਾਂ ਤੇ ਬਹੁਤ ਸਾਰੀਆਂ ਦੁਆਵਾਂ ਨੇ ਜੀ ਤੁਹਾਡੇ ਵਾਸਤੇ ਬਹੁਤ ਸਾਰਾ ਪਿਆਰ ਅੱਲਾਹ ਪਾਕ ਸਾਡੇ ਇਸ ਐਫਰਟ ਨੂੰ ਅੱਲਾਹ ਪਾਕ ਸਾਡੀ ਇਸ ਹਾਜ਼ਰੀ ਨੂੰ ਕਬੂਲ ਕਰੇ ਤੇ ਅੱਲਾਹ ਪਾਕ ਸਿਹਤ ਤੰਦਰੁਸਤੀ ਨਾਲ ਨਈ ਜ਼ਿੰਦਗੀ ਦੇਵੇ ਲੰਬੀ ਲੰਬੀ ਔਰ ਅਗਲੇ ਸਾਲ ਇਸ ਤੋਂ ਵੀ ਵੱਡੀ ਹਾਜ਼ਰੀ ਕਰ ਦੇਵੇ ਇਸ ਤੋਂ ਵੀ ਵੱਡੀ ਨਿਆਜ਼ ਜਿਹੜੀ ਮੌਲਾ ਮੈਂ ਕੁਝ ਨਿਆਜ਼ਾਂ ਜਿਹੜੀਆਂ ਨੇ ਨਾ ਉਹ ਪਾਕਿਸਤਾਨ ਵੀ ਦੇਣੀ ਆ ਪਾਕਿਸਤਾਨ ਦੋ ਤਿੰਨ ਸ਼ਹਿਰ ਜਿੱਥੇ ਮੌਲਾ ਬਾਸ਼ਾ ਦੀ ਹੁੰਦੀ ਹੈ ਹਾਜ਼ਰੀ ਉਹਨਾਂ ਦੀਆਂ ਨਿਆਜ਼ਾਂ ਦੇਣੀ ਹੁੰਦੀਆਂ ਤੇ ਬਸ ਮੇਰੇ ਕੋਲ ਨਾ ਅਲਫਾਜ਼ ਨਹੀਂ ਹੈਗੇ ਕਿ ਬਸ ਇਹ ਮੌਲਾ ਪਾਇੰਤਮ ਪਾਕ ਦੇ ਅੱਗੇ ਮੌਲਾ ਮੁਸ਼ਕਿਲ ਕੁਸ਼ਾਇਲੀ ਦੇ ਅੱਗੇ ਮੌਲਾ ਹੁਸੈਨ ਬਾਦਸ਼ਾਹ ਦੇ ਅੱਗੇ ਕਿ ਸਾਡੀ ਇਹ ਨਿਆਜ਼ ਨੂੰ ਕਬੂਲ ਕਰ ਲੈ ਸਾਡੀ ਇਹ ਸੇਫਰਤ ਨੂੰ ਕਬੂਲ ਕਰ ਲੈ ਆਪਣੇ ਮੁਸ਼ਕਲਾਂ ਦੇ ਸਦਕੇ ਹਰ ਇੱਕ ਤੇ ਆਸਾਨੀਆਂ ਹੋਣ ਉਹਨਾਂ ਦੀਆਂ ਮੁਸ਼ਕਲਾਂ ਦੇ ਸਦਕੇ ਬੀਬੀ ਫਾਤਿਮਾ ਔਲ ਜ਼ਾਰਾ ਅਲੈਹਿਸਸਲਮ ਬੀਬੀ ਸਕੀਨਾ ਦੇ ਅੰਸੂਆਂ ਦੇ ਸਦਕੇ ਅੱਲਾਹ ਪਾਕ ਸਭ ਦੇ ਬੱਚਿਆਂ ਨੂੰ ਨੇਕ ਕਰੇ ਔਰ ਅੱਲਾਹ ਪਾਕ ਉਹਨਾਂ ਤੇ ਆਪਣਾ ਰਹਿਮ ਕਰੇ ਕਰਮ ਕਰੇ ਬਹੁਤ ਸਾਰੀਆਂ ਦੁਆਵਾਂ ਨੇ ਦੁਆਵਾਂ ਤੇ ਬਹੁਤ ਸਾਰੀਆਂ ਨੇ ਦਿਲ ਕਰਦਾ ਜਦੋਂ ਮੰਗਿਏ ਮੌਲਾ ਹੁਸੈਨ ਬਾਦਸ਼ਾਹ ਦੇ صدਕੇ ਮੌਲਾ Али ਅਸਗਰ ਦੀ ਪਿਆਸ ਦੇ صدਕੇ ਅੱਲਾਹ ਪਾਕ ਸਾਡੇ ਬੱਚਿਆਂ ਨੂੰ ਵੀ ਨੇਕ ਕਰੇ ਸਭ ਤੇ ਬੱਚਿਆਂ ਨੂੰ ਨੇਕ ਕਰੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਨੇਕੀਆਂ ਕਰਨ ਦੀ ਤੋਫੀਕ ਦੇਈ ਰੱਖੇ ਤੇ ਅੱਲਾਹ ਪਾਕ ਜਿਹੜੇ ਬਿਮਾਰ ਨੇ ਉਹਨਾਂ ਨੂੰ ਸ਼ਿਫਾ ਦੇਵੇ ਅੱਲਾਹ ਪਾਕ ਜੋ ਬੇਉਲਾਦ ਨੇ ਅਲੀ ਅਸਗਰ ਦੇ صدਕੇ ਉਹਨਾਂ ਦੀਆਂ ਝੋਲੀਆਂ ਪਰੇ ਔਰ ਅੱਲਾਹ ਪਾਕ ਜਿਹੜੇ ਮੁਸ਼ਕਿਲ ਦੇ ਵਿੱਚ ਨੇ ਮੌਲਾ ਮੁਸ਼ਕਿਲ ਖੁਸ਼ਾ ਲਈ ਦੇ صدਕੇ ਦੇ ਵਿੱਚ ਮੌਲਾ हुसैन بادشاہ ਦੀਆਂ ਮੁਸ਼ਕਲਾਂ ਦੇ صدਕੇ ਦੇ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਆਸਾਨ ਕਰੇ ਆمین ਸੁਮਾ ਆمین ਇਲਾਹੀ ਆمین ਤੇ ਲੋ ਜੀ ਅਸੀਂ ਹੁਣ ਲੱਗੇ ਆ ਪੈਕ ਕਰਨ ਤੇ ਸਾਡੇ ਵਾਸਤੇ ਦੁਆ ਘੋੜਾਣਾ ਜਿੰਨੇ ਵੀ ਨੇ ਸਭ ਕੋਲੋਂ ਦੁਆ ਦੀ ਉਮੀਦ ਕਰਨੀ ਔਰ ਮੇਰੇ ਵੱਲੋਂ ਸਭ ਵਾਸਤੇ ਬਹੁਤ ਸਾਰੀਆਂ ਦੁਆਵਾਂ ਔਰ ਬਹੁਤ ਸਾਰਾ ਪਿਆਰ ਰਿਸਪੈਕਟ ਅੱਲਾ